ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਮੁਕੱਦਸ ਫਤਿਹ ਬਲੰਦ ਕਰੀਏ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਜੀ ਸਾਰੇ ਹੀ ਜਾਣਦੇ ਹੋ ਕਿ ਸਰਪੱਤ ਖਾਲਸਾ ਦੇ ਵੱਲੋਂ ਚੁਣੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਕਿ ਤਿਹਾਰ جیل ਦੇ ਵਿੱਚ ਸਜ਼ਾ ਕੱਟ ਰਹੇ ਨੇ ਉਹਨਾਂ ਦੀ ਹਾਲਤ ਦਿਨ ਬਦਿਨ ਵਿਗੜਦੀ ਜਾ ਰਹੀ ਹੈ ਅਕਸਰ ਰੋਜ਼ ਤੁਸੀਂ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਪ੍ਰੈਸ ਕਾਨਫਰੰਸਾਂ ਤੇ ਜਿਹੜੇ ਵੀ ਉਹਨਾਂ ਨੂੰ ਮਿਲ ਕੇ ਆਏ ਨੇ ਦਿੱਲੀ ਤੇ ਉਹਨਾਂ ਦੇ ਬਿਆਨ ਜਾਂ ਫਿਰ ਜੋ ਕੁਝ ਉਹਨਾਂ ਦੀ ਸਿਹਤ ਦੇ ਬਾਰੇ ਅਖਬਾਰਾਂ ਦੇ ਵਿੱਚ ਆ ਰਿਹਾ ਹੈ ਉਹ ਤੁਸੀਂ ਸਾਰੇ ਰੋਜ਼ ਪੜ੍ਹ ਰਹੇ ਹੋ ਸੁਣ ਰਹੇ ਹੋ ਕਿਉਂਕਿ ਸਰਦਾਰ ਜਗਤਾਰ ਸਿੰਘ ਖਵਾਰਾ ਦਾ ਨਾਮ ਚਾਹੇ ਸਿੱਖ ਸੰਗਤਾਂ ਦੀ ਗੱਲ ਹੋਵੇ ਚਾਹੇ ਸਾਰੇ ਹਿੰਦੁਸਤਾਨ ਦੇ ਲੋਕਾਂ ਦੀ ਜਾਂ মিডিਆ ਦੀ ਗੱਲ ਹੋਵੇ ਜਾਂ ਅੰਤਰਰਾਸ਼ਟਰੀ ਪੱਤਰ ਦੇ ਉੱਪਰ ਜਿੱਥੇ ਵੀ ਸਿੱਖ ਕੌਮ ਜਾਂ ਸਿੱਖ ਕੌਮ ਦੇ ਨਾਲ ਸਬੰਧ ਰੱਖਣ ਵਾਲੇ ਲੋਕ ਵਸਤੇ ਨੇ ਮੈਨੂੰ ਨਹੀਂ ਲੱਗਦਾ ਕੋਈ ਐਸਾ ਬਸ਼ਿੰਦਾ ਹੋਵੇ ਜਿਹੜਾ ਸਰਦਾਰ ਜਗਤਾਰ ਸਿੰਘ ਖਵਾਰਾ ਦੇ ਨਾਮ ਤੋਂ ਝਾੜੂ ਨਾ ਹੋਵੇ ਔਰ ਖਾਸ ਕਰਕੇ ਪੰਜਾਬ ਦੀ ਨੌਜਵਾਨੀ ਜਾਂ ਵਿਦੇਸ਼ਾਂ ਦੇ ਵਿੱਚ ਬੈਠੀ ਨੌਜਵਾਨੀ ਵੀ ਪਾਵੇਂ ਉਹਨਾਂ ਦੇ ਪਰਿਵਾਰ ਕਿਸੇ ਵੀ ਰਾਜਨੀਤਿਕ ਧਿਰ ਦੇ ਨਾਲ ਜੁੜੇ ਹੋਏ ਨਹੀਂ ਪਰ ਕਿਤੇ ਨਾ ਕਿਤੇ ਉਹ ਸਰਦਾਰ ਜਗਤਾਰ ਸਿੰਘ ਹਵਾਰਾ ਨੂੰ ਆਪਣੇ ਰੋਲ ਮਾਡਲ ਦੇ ਤੌਰ ਦੇ ਉੱਪਰ ਵੇਖਦੇ ਨੇ ਔਰ ਮੈਂ ਕਾਫੀ ਲੰਮੇ ਸਮੇਂ ਦੇ ਵਿੱਚ ਜਦੋਂ ਦਾ ਮੈਂ ਲਿਖਣਾ ਬੋਲਣਾ ਜਾਂ ਪੰਤਕ ਸਫਾਂ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ ਮੈਨੂੰ ਕਈ ਵਾਰੀ ਇੰਝ ਲੱਗਦਾ ਹੈ ਕਿ ਸਜਾ ਜਾਫਤਾ ਕੈਦੀਆਂ ਦੇ ਵਿੱਚੋਂ ਖਾਸ ਕਰਕੇ ਜਿਹੜੇ ਸਿੱਖ ਕੈਦੀ ਨੇ ਉਹਨਾਂ ਦੇ ਵਿੱਚ ਸ਼ਾਇਦ ਇਹ ਪਹਿਲੇ ਐਸੇ ਕੈਦੀ ਨੇ ਜਿਨ੍ਹਾਂ ਨੂੰ ਕੌਮ ਨੇ ਇੰਨਾ ਮਾਨਸਤਿਹਕਾਰ ਬਖਸ਼ਿਆ ਪਰ ਬੇਸ਼ੱਕ ਸਰੀਰਕ ਤੌਰ ਤੇ ਬਹੁਤ ਲੋਕ ਉਹਨਾਂ ਤੋਂ ਮਿਲਣ ਤੋਂ ਅਸਮਰਥ ਨੇ ਪਰ ਜਿੰਨੀ ਨੌਜਵਾਨਾਂ ਦੇ ਜਾਂ ਸਿੱਖ ਹਿਰਦਿਆਂ ਤੇ ਮਨਾਂ ਦੇ ਵਿੱਚ ਇਹਨਾਂ ਪ੍ਰਤੀ ਇੱਜ਼ਤ ਮਾਨਸਤਿਹਕਾਰ ਹੈ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਐਵੇਂ ਦਾ ਮਿਲਦਾ ਹੈ ਬੇਸ਼ੱਕ ਉਹ ਆਪਣੀ ਆਖਰੀ ਸਾਹ ਤੱਕ ਉਮਰ ਕੈਦ ਦੀ ਜਿਹੜੀ ਸਜ਼ਾ ਹੈ ਉਸ ਨੂੰ ਤਿਹਾਰ ਜੇਲ੍ਹ ਦੇ ਵਿੱਚ ਕੱਟ ਰਹੇ ਨੇ ਸਜ਼ਾ ਦੇ ਕਾਰਨ ਜਿਹੜੇ ਨੇ ਇਹ ਸਾਰੇ ਅਸੀਂ ਜਾਣਦੇ ਹਾਂ ਕਿ ਜਿਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਬੈਂਤ ਸਿੰਘੋਂ ਦੀ ਹਕੂਮਤ ਦੇ ਵੱਲੋਂ ਪੁਲਿਸ ਅਫਸਰਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਕਿ ਜਿਵੇਂ ਵੀ ਹੋਵੇ ਨੌਜਵਾਨੀ ਦਾ ਸ਼ਿਕਾਰ ਕੀਤਾ ਜਾਵੇ ਤੇ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਨੌਜਵਾਨੀ ਦਾ ਕਤਲੇਆਮ ਕੀਤਾ ਗਿਆ ਜਿਸ ਤਰ੍ਹਾਂ ਦੇ ਨਾਲ ਬੇਗੁਨਾਹ ਨੌਜਵਾਨਾਂ ਨੂੰ ਲਵਾਰਸ ਲਾਸ਼ਾਂ ਦੇ ਰੂਪ ਦੇ ਵਿੱਚ ਬਦਲਿਆ ਗਿਆ ਔਰ ਇੱਥੋਂ ਤੱਕ ਕਿ ਇੰਨਾ ਲਵਾਰਸ ਲਾਸ਼ਾਂ ਦੀ ਘੂਕ ਕਰਨ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਵਰਗੇ ਵੀ ਲਵਾਰਸ ਲਾਸ਼ ਬਣਾ ਦਿੱਤੇ ਗਏ। ਹੁਣ ਕੁਝ ਦਿਨਾਂ ਬਾਅਦ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਵੀ ਆਉਣਾ ਹੈ ਅੰਤਰਰਾਸ਼ਟਰੀ ਪੱਤਰ ਦੇ ਉੱਪਰ। ਪਰ ਮੈਂ ਸੋਚਦਾ ਹਾਂ ਕਿ ਕਿੰਨੇ ਅਧਿਕਾਰ ਜਾਂ ਕਿੰਨੇ ਲੋਕਾਂ ਨੂੰ ਮਿਲ ਰਹੇ ਨੇ। ਕਿ ਇੱਕ ਸਟੇਟ ਦੇ ਵੱਲੋਂ ਇੱਕ ਕੌਮੀਅਤ ਦੀ ਨੌਜਵਾਨੀ ਦਾ ਔਰ ਖਾਸ ਕਰਕੇ ਬਹੁਤ ਵੱਡੀ ਗਿਣਤੀ ਚ ਬੇਗੁਨਾ ਨੌਜਵਾਨਾਂ ਦਾ ਕਤਲੇਆਮ ਕੀਤਾ ਜਾਂਦਾ ਹੈ ਲਸ਼ ਪਰਿਵਾਰ ਨੂੰ ਨਹੀਂ ਦਿੱਤੀਆਂ ਜਾਂਦੀਆਂ ਲਵਾਰਸ ਕਹੇ ਕਿ ਕੁਝ ਨਹਿਰਾਂ ਦੇ ਵਿੱਚ ਸੂਹਿਆਂ ਦੇ ਵਿੱਚ ਕੱਸੀਆਂ ਦੇ ਵਿੱਚ ਵਹਾ ਦਿੱਤੀਆਂ ਜਾਂਦੀਆਂ ਨੇ ਕੁਝ ਤਾਂ ਅੰਤਮ ਸੰਸਕਾਰ ਵੀ ਜੇ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਅਸਥ ਵੀ ਪਰਿਵਾਰਾਂ ਨੂੰ نصیਬ ਨਹੀਂ ਹੁੰਦੇ ਪਰ ਜੇਕਰ ਉਸ ਸਾਰੇ ਵਰਤਾਰੇ ਦੇ ਖਿਲਾਫ ਉਸ ਹਕੂਮਤੀ ਦਮਨ ਚੱਕਰ ਦੇ ਖਿਲਾਫ ਇੱਕ ਆਵਾਜ਼ ਉੱਠਦੀ ਹੈ ਤੇ ਸਰਦਾਰ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਬੈਂਤ ਸਿੰਘ ਨੂੰ ਕਤਲ ਕਰਨ ਦੀ ਸਾਜ਼ਿਸ਼ ਔਰ ਸਾਰੀ ਕਹਿ ਸਕਦੇ ਹੋ ਕਿ ਪਲੈਨਿੰਗ ਜਿਹੜੀ ਤਿਆਰ ਕੀਤੀ ਗਈ ਉਹਦੇ ਮੁੱਖ ਕਰਤਾ ਤਰਤਾ ਦੇ ਰੂਪ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਹੁਣ ਅਸੀਂ ਵੇਖਣਾ ਹੈ ਕਿ ਜੇਲ੍ਹ ਦੇ ਵਿੱਚ ਜਿਹੜੇ ਇੱਕ ਆਮ ਕੈਦੀ ਨੂੰ ਕਿਉਂਕਿ ਜਦੋਂ ਇੱਥੇ ਅਸੀਂ ਗੱਲ ਕਰਾਂਗੇ ਤਾਂ ਕਿਤੇ ਨਾ ਕਿਤੇ ਭਾਰਤੀ ਹਕੂਮਤ ਨੂੰ ਇਹ ਗੱਲ ਵੀ ਸਮਝਣੀ ਪਵੇਗੀ ਕਿ ਸਰਦਾਰ ਜਗਤਾਰ ਸਿੰਘ ਹਵਾਰਾ ਹੁਣ ਇੱਕ ਕੌਮ ਦੇ ਵੱਡੇ ਵਰਗ ਦੇ ਵੱਲੋਂ ਥਾਪੇ ਗਏ ਸਰਬੱਤ ਖਾਲਸਾ ਦੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਨੇ ਤੇ ਕੌਮ ਦੀਆਂ ਧਾਰਮਿਕ ਭਾਵਨਾਵਾਂ ਪੰਥਕ ਨਜ਼ਰੀਤੋਂ ਵੀ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਸੋ ਕਿਤੇ ਨਾ ਕਿਤੇ ਹਕੂਮਤ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜੀਆਂ ਉਹਨਾਂ ਨੂੰ ਬਤੌਰ ਇੱਕ ਕੈਦੀ ਵੀ ਮਿਲ ਰਹੀਆਂ ਸਹੂਲਤਾਂ ਨੇ ਉਹ ਵੀ ਨਹੀਂ ਦਿੱਤੀਆਂ ਜਾ ਰਹੀਆਂ ਤੇ ਸਟੇਟ ਨੇ ਚਾਹੀਦਾ ਸੀ ਕੁਝ ਚੰਗੇ ਪੱਧਰ ਦੇ ਨਾਲ ਉਹਨਾਂ ਦਾ ਜਿਹੜਾ ਉਹ ਇਲਾਜ ਕਰਾਇਆ ਜਾਵੇ ਉਹਨਾਂ ਨੂੰ ਉਸ ਸਹੂਲਤਾਂ ਤੋਂ ਵਾਂਝਿਆ ਨਾ ਰੱਖਿਆ ਜਾਵੇ ਪਹਿਲੀ ਗੱਲ ਤਾਂ ਜਦੋਂ ਅਸੀਂ ਇਸ ਗੱਲ ਦੇ ਉੱਪਰ ਆਉਨੇ ਹਾਂ ਕਿ ਉਹਨਾਂ ਨੂੰ ਜਿਹੜੇ ਇੱਕ ਕੈਦੀ ਨੂੰ ਵੀ ਮਿਲਣ ਵਾਲੇ ਹੱਕ ਨੇ ਉਹਨਾਂ ਤੋਂ ਵੀ ਮਹਿਰੂਮ ਰੱਖਿਆ ਜਾ ਰਿਹਾ ਪੰਜਾਬ ਤੋਂ ਬਾਹਰ ਜੇਲ੍ਹ ਦੇ ਵਿੱਚ ਰੱਖਿਆ ਜਾ ਰਿਹਾ ਬੇਸ਼ੱਕ ਕਿ ਜਦੋਂ ਬੀਨਤ ਸਿੰਘ ਨੂੰ ਕਤਲकांड ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋਈ ਤਾਂ ਉਸ ਤੋਂ ਬਾਅਦ ਬੜੈਲ ਜੇਲ੍ਹ ਦੇ ਵਿੱਚ ਬੜੈਲ ਜੇਲ੍ਹ ਬ੍ਰੇਕ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਔਰ ਪਿਛਲੇ ਸਮਿਆਂ ਦੇ ਵਿੱਚ ਬੇਸ਼ੱਕ ਬਹੁਤ ਸਾਰੀਆਂ ਪੰਥਕ ਧਿਰਾਂ ਦੇ ਵੱਲੋਂ ਇਹ ਮੰਗ ਵੀ ਕੀਤੀ ਗਈ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਜੇਲ੍ਹ ਤਬਦੀਲੀ ਕਰਕੇ ਉਹਨਾਂ ਨੂੰ ਦਿੱਲੀ ਤੋਂ ਪੰਜਾਬ ਲੈ ਆਂਦਾ ਜਾਵੇ ਇੱਕ ਤਾਂ ਜਿਹੜੇ ਉਹਨਾਂ ਦੇ ਖੈਰਖਾਨੇ ਜਿਹੜੇ ਉਹਨਾਂ ਦੀ ਮਿਲਣ ਦੀ ਚਾਹਤ ਰੱਖਣ ਵਾਲੇ ਨੌਜਵਾਨ ਵੀਰਪੈਣਾ ਨੇ ਉਹਨਾਂ ਨਾਲ ਮਿਲ ਸਕਣ ਉਹਨਾਂ ਦਾ ਪਰਿਵਾਰ ਜਿਹੜਾ ਉਹ ਉਹਨਾਂ ਨੂੰ ਸੌਖੇ ਤਰੀਕੇ ਨਾਲ ਮਿਲ ਸਕੇ ਪਰ ਕਿਹਾ ਜਾਂਦਾ ਜਿਹੜੀਆਂ ਬਾਅਦ ਦੇ ਵਿੱਚ ਗੱਲਾਂ ਸਾਹਮਣੇ ਆਈਆਂ ਸੀ ਕਿ ਉਸ ਸਮੇਂ ਪੰਜਾਬ ਦੀ ਰਾਜਸੀ ਸੱਤਾ ਦੇ ਉੱਪਰ ਕਾਬਜ ਅਕਾਲੀ ਭਾਜਪਾ ਸਰਕਾਰ ਨੇ ਇਸ ਮੰਗ ਨੂੰ ਠੁਕਰਾ ਦਿੱਤਾ ਸੀ ਕਿ ਐਵੇਂ ਦੇ ਖਤਰਨਾਕ ਗੈਦੀ ਜਿਹੜੇ ਨੇ ਉਹ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨਹੀਂ ਆਉਣੇ ਚਾਹੁੰਦੇ ਜਾਂ ਨਹੀਂ ਆਉਣੇ ਚਾਹੀਦੇ ਸੋ ਇਹ ਸਾਰੇ ਵਰਤਾਰੇ ਦੇ ਵਿੱਚ ਕਿੰਨਾ ਕੁ ਸੱਚ ਹੈ ਇਹ ਤਾਂ ਸੰਬੰਧਿਤ ਧਿਰਾਂ ਜਿਨ੍ਹਾਂ ਨੇ ਇਸ ਸਾਰੇ ਵਰਤਾਰੇ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਉਹ ਹੀ ਜਾਣਦੀਆਂ ਨੇ ਪਰ ਜਦੋਂ ਅਸੀਂ ਅੱਜ ਉਹਨਾਂ ਦਾ ਕੌਮ ਦੇ ਵਿੱਚ ਰੁਤਬਾ ਵੇਖਦੇ ਹਾਂ ਕਿ ਉਹ ਸਮਾਂ ਜਦੋਂ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋ ਰਹੀਆਂ ਸੀ ਤੇ ਉਹਦੇ ਤੋਂ ਬਾਅਦ ਕੌਮ ਦੇ ਵਿੱਚ ਜਿਹੜਾ ਇੱਕ ਰੋਹ ਪ੍ਰਗਟ ਹੋਇਆ ਸਟੇਟ ਦੇ ਖਿਲਾਫ ਇਹਦੇ ਵਿੱਚ ਕੇਵਲ ਅਸੀਂ ਪੰਥਕ ਧਿਰਾਂ ਦੀ ਜੇ ਗੱਲ ਨਾ ਕਰੀਏ ਤਾਂ ਬਹੁਤ ਸਾਰੇ ਕਾਂਗਰਸ ਦੇ ਨਾਲ ਜੁੜੇ ਹੋਏ ਵੀ ਕੁਝ ਐਸੇ ਅਹਿਮ ਅਹੁਦਿਆਂ ਤੇ ਬੈਠੇ ਵਿਅਕਤੀ ਸੀ ਜਿੱਥੇ ਉਹਨਾਂ ਨੇ ਕਿਤੇ ਨਾ ਕਿਤੇ ਇਸ ਸਿੱਖੀ ਦੇ ਦਰਦ ਨੂੰ ਮਹਿਸੂਸ ਕੀਤਾ ਤੇ ਉਹਨਾਂ ਨੇ ਵੀ ਆਪਣੇ ਅਹੁਦੇ ਨੂੰ ਛੱਡਣਾ ਮਨਜ਼ੂਰ ਕੀਤਾ ਉਸ ਤੋਂ ਬਾਅਦ ਇੱਕ ਵੱਡੇ ਇਕੱਠ ਦੇ ਰੂਪ ਦੇ ਵਿੱਚ ਮੇਰੇ ਖਿਆਲ ਦੇ ਨਾਲ 1986 ਤੋਂ ਬਾਅਦ ਜੇਕਰ ਇਹਨਾਂ ਸਮਿਆਂ ਦੀ ਗੱਲ ਕਰੀਏ ਤੇ 1986 ਤੋਂ ਬਾਅਦ ਇੱਕ ਇਹ ਹੋਇਆ ਵੱਡਾ ਸਰਪੱਤ ਖਾਲਸਾ ਸੀ ਜਿਦੇ ਵਿੱਚ ਜਥੇਦਾਰ ਜਗਤਾਰ ਸਿੰਘ ਖਵਾਰਾ ਨੂੰ ਅਕਾਲ ਤਖਬ ਦੇ ਜਥੇਦਾਰ ਦੇ ਵੱਲੋਂ ਪ੍ਰਵਾਨਗੀ ਸਮੁੱਚੀ ਕੌਮiyet ਦੇ ਵੱਲੋਂ ਦਿੱਤੀ ਗਈ ਔਰ ਜਿਸ ਜੋਸ਼ੁਕ ਰੋਸ਼ ਦੇ ਨਾਲ ਨੌਜਵਾਨਾਂ ਨੇ ਉਹਨਾਂ ਦੀ ਪ੍ਰਵਾਨਗੀ ਨੂੰ ਮਾਨਸਿਕ ਤੌਰ ਤੇ ਉੱਪਰ ਪ੍ਰਵਾਨ ਕੀਤਾ ਇੱਕ ਰੋਲ ਮਾਡਲ ਦੇ ਵਜੋਂ ਲਿਆ ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਇਤਿਹਾਸ ਦੀ ਇੱਕ ਵਿਲੱਖਣ ਘਟਨਾ ਸੀ ਹੁਣ ਇੱਕ ਵੱਡੀ ਧਿਰ ਪੰਜਾਬ ਦੇ ਵਿੱਚ ਜਿਹੜੀ ਪੰਥਕ ਸਫਾਂ ਦੇ ਵਿੱਚ ਵਿਚਰਨ ਵਾਲੀ ਧਿਰ ਹੈ ਜਿਹੜੀ ਜਥੇਦਾਰ ਹਵਾਰਾ ਸਾਹਿਬ ਨੂੰ ਬਤੌਰ ਅਕਾਲ ਤਖਬ ਦੇ ਜਥੇਦਾਰ ਜੇਕਰ ਸਵੀਕਾਰਨ ਤੋਂ ਬਾੱਕੀ ਵੀ ਹੋਵੇ ਤਾ ਵੀ ਉਹਨਾਂ ਨੂੰ ਇੱਕ ਪੰਥਕ ਨੁਮਾਇੰਦੇ ਦੇ ਵਜੋਂ ਸਵੀਕਾਰ ਕਰਦੇ ਨੇ ਹੁਣ ਕੋਈ ਕੁਛ ਦਿਨਾਂ ਤੋਂ ਡੇਂਗੂ ਬੁਖਾਰ ਤੋਂ ਪੀੜਤ ਰਹੇ ਨੇ ਔਰ ਵੱਖ-ਵੱਖ ਜਿਹੜੀਆਂ ਅਖਬਾਰੀ ਰਿਪੋਰਟਾਂ ਜਾਂ ਫਿਰ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਜਿਹੜੀਆਂ ਪ੍ਰੈਸ ਕਾਨਫਰੰਸਾਂ ਨੇ ਉਹਨਾਂ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਕਿ ਜਦੋਂ ਡੇਂਗੂ ਦੇ ਦੌਰਾਨ ਉਹਨਾਂ ਦੀਆਂ ਜਿਹੜੀਆਂ ਤਿਹਾਰ ਜੇਲ੍ਹ ਦੇ ਵਿੱਚੋਂ ਬਲੱਡ ਰਿਪੋਰਟਸ ਜਿਹੜੀਆਂ ਵਿਖਾਈਆਂ ਗਈਆਂ ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਪਲੇਟਲੇਟ ਕਾਉਂਟਸ ਹੈ ਜਿਹਨੂੰ ਅਸੀਂ ਅਕਸਰ ਪੰਜਾਬੀ ਵਿੱਚ ਕਹਿੰਦੇ ਨੇ ਕਿ ਸੈੱਲ ਘਟ ਗਏ ਉਹ ਜਿਹੜੀ ਪਲੇਟਲੇਟਸ ਕਾਉਂਟ ਸੀਗੀ ਉਹ ਪਹਿਲਾਂ 80000 ਫਿਰ 60000 ਤੇ ਕੱਲ ਮੈਂ ਇੱਕ ਅਖਬਾਰ ਵਿੱਚ ਪੜ ਰਿਹਾ ਸੀ ਕਿ 40000 ਤੋਂ ਵੀ ਹੋ ਚੜੀ ਘਟ ਚੁੱਕੀ ਹੈ ਹੁਣ ਇਹ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਤਰੀਕੇ ਦੇ ਨਾਲ ਲਗਾਤਾਰ ਜਿਹੜਾ ਇੰਨਾ ਸੈੱਲਾਂ ਦਾ ਖੂਨ ਦੇ ਵਿੱਚ ਇੰਨਾ ਪਲੇਟਲੇਟਸ ਦਾ ਜਿਹੜਾ ਖੂਨ ਦੇ ਵਿੱਚ ਘਟਣਾ ਹੁੰਦਾ ਇਹ ਇੱਕ ਆਮ ਡਾਕਟਰ ਜਿਹੜਾ ਉਹ ਵੀ ਜਾਣਦਾ ਹੈ ਕਿ ਉਹ ਜਾਨਲੇਵਾ ਹੈ ਸੋ ਇੱਥੇ ਸਰਕਾਰ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਜਿਹੜੇ ਆਮ ਕੈਦੀ, ਰਾਜਨੀਤਿਕ ਕੈਦੀ ਜਾਂ ਫਿਰ ਕਈ ਜਗ੍ਹਾ ਦੇ ਉੱਪਰ ਬਹੁਤ ਸਾਰੇ ਗੰਭੀਰ ਮਸਲਿਆਂ ਦੇ ਵਿੱਚ ਸਜ਼ਾ ਕੱਟ ਰਹੇ ਜਿਹੜੇ ਕੈਦੀ ਹੁੰਦੇ ਨੇ ਜਦੋਂ ਉਹਨਾਂ ਨੂੰ ਕੋਈ ਐਵੇਂ ਦੀ ਬਿਮਾਰੀ ਆ ਕੇ irdੀ ਹੈ ਜਿੱਥੋਂ ਲੱਗਦਾ ਹੈ ਕਿ ਇਹ ਬਿਮਾਰੀ ਜਾਨਲੇਵਾ ਸਾਬਤ ਹੋ ਸਕਦੀ ਹੈ। ਤਾਂ ਉਹਨਾਂ ਨੂੰ ਜਿੱਥੇ ਜੇਲ੍ਹ ਦੇ ਵਿੱਚ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ ਉੱਥੇ ਕਈ ਵਾਰੀ ਤਾਂ ਉਹਨਾਂ ਨੂੰ ਮੈਡੀਕਲ ਪ੍ਰੋਲ ਵੀ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਪਰਿਵਾਰ ਦੇ ਕੋਲ ਆਪਣੇ ਪਰਿਵਾਰ ਦੇ ਰਾਹੀਂ ਕਿਸੇ ਵੀ ਚੰਗੇ ਹਸਪਤਾਲ ਦੇ ਵਿੱਚ ਦਾਖਲ ਹੋ ਕੇ ਆਪਣਾ ਇਲਾਜ ਕਰਵਾ ਸਕਣ ਸੋ ਇਹ ਕਿਤੇ ਨਾ ਕਿਤੇ ਇਹ ਇੱਕ ਹੱਕ ਹੈ ਇੱਕ ਕੈਦੀ ਦਾ ਵੀ ਇਹ ਹੱਕ ਹੈ ਕਿ ਜਦੋਂ ਉਹ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਤੇ ਉਸ ਨੂੰ ਸਜ਼ਾ ਦੇ ਹੁਕਮ ਦੇ ਵਿੱਚ ਲਿਖਿਆ ਹੋਇਆ ਹੈ ਕਿ ਉਸਨੇ ਜ਼ਿੰਦਗੀ ਦੇ ਅੰਤਮ ਸਾਹ ਤੱਕ ਇਸ ਉਮਰ ਕੈਦ ਦੀ ਸਜ਼ਾ ਨੂੰ ਭੁਗਤਣਾ ਹੈ ਪਰ ਇਸ ਦਾ ਮਤਲਬ ਇਹ ਤੇ ਨਹੀਂ ਹੈ ਕਿ ਉਸ ਨੂੰ ਬਿਮਾਰ ਹੋ ਕੇ ਜਾਂ ਫਿਰ ਉਸ ਨੂੰ ਇੰਨਾ ਤੰਗ ਕਰ ਦਿੱਤਾ ਜਾਵੇ ਕਿ ਇਨਸਾਨ ਜਿਹੜਾ ਉਹਦੀ ਜਾਨ ਦਾ ਜਿਹੜਾ ਜੋਖਮ ਹੈ ਉਹ ਪੈਦਾ ਹੋ ਜਾਵੇ ਸੋ ਜੇਲ ਪ੍ਰਸ਼ਾਸਨ ਦੇ ਵੱਲੋਂ ਸਭ ਤੋਂ ਪਹਿਲਾਂ ਦੀਨਦਿਆਨ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਜਿਹੜੇ ਵੀਰ ਉਹਨਾਂ ਨੂੰ ਜਾ ਕੇ ਮਿਲੇ ਉਹਨਾਂ ਨੇ ਆ ਕੇ ਪ੍ਰੈਸ ਨੂੰ ਜੋ ਕੁਝ ਦੱਸਿਆ ਜਾਂ ਜੋ ਕੁਝ ਉਹਨਾਂ ਨੇ ਪਰਿਵਾਰ ਨੂੰ ਦੱਸਿਆ ਉਹ ਵੀ ਸਾਰਾ মিডিਏ ਦੇ ਵਿੱਚ ਆ ਚੁੱਕਿਆ ਹੈ ਕਿ ਇੱਕ ਬਹੁਤ ਹੀ ਤੰਗ ਤੇ ਗੰਦਗੀ ਭਰੀ ਜਗ੍ਹਾ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਇੱਕ ਲੋਹੇ ਦੇ ਮੰਜੇ ਦੇ ਉੱਪਰ ਬੀੜੀਆਂ ਤੇ ਹੱਥ ਗੜੀਆਂ ਦੇ ਵਿੱਚ ਨੂੜ ਕੇ ਤੇ ਸਿਰਫ ਉਹ ਪਹਿਰੇ ਦੇ ਵਿੱਚ ਜਾ ਕੇ ਉਹਨਾਂ ਨੂੰ ਉੱਠ ਕੇ ਵਾਸ਼ਰੂਮ ਜਾਣ ਦੀ ਪਿਸ਼ਾਬ ਕਰਨ ਦੀ ਜਿਹੜੀ ਹੈ ਉਹ ਇਜਾਜ਼ਤ ਜਿਹੜੀ ਸੀ ਉਹ ਕੇਵਲ ਦਿੱਤੀ ਗਈ ਹੁਣ ਜੇਕਰ ਮਨੁੱਖੀ ਅਧਿਕਾਰਾਂ ਦੇ ਮਸਲਿਆਂ ਨੂੰ ਵੇਖਿਆ ਜਾਵੇ ਤਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇੱਕ ਹੱਕ ਬਣਦਾ ਹੈ ਕਿ ਕੈਦੀ ਦਾ ਵੀ ਹੱਕ ਹੈ ਤੇ ਪਹਿਲਾਂ ਬਹੁਤ ਸਾਰੇ ਮੈਂ ਪਹਿਲਾਂ ਵੀ ਕਿਹਾ ਕਿ ਰਾਜਨੀਤਿਕ ਤੌਰ ਤੇ ਜਾਂ ਆਮ ਕੈਦੀ ਜਾਂ ਗੰਭੀਰ ਜੁਰਮਾਂ ਦੇ ਵਿੱਚ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਸਜ਼ਾਵਾ ਕੱਟਦੇ ਨੇ ਉਹਨਾਂ ਨੂੰ ਵੀ ਮੈਡੀਕਲ ਪ੍ਰੂਵ ਜਾਂ ਫਿਰ ਚੰਗੀ ਜਿਹੜੀ ਹੈ ਸਿਹਤ ਸਹੂਲਤਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਤਾਂ ਇੱਥੇ ਤੇ ਕੌਮ ਦਾ ਇੱਕ ਵੱਡਾ ਜਿਹੜਾ ਵਰਗ ਹੈ ਉਹ ਉਹਨਾਂ ਨੂੰ ਬਤੌਰ ਜਥੇਦਾਰ ਮਾਨਸਿਕ ਤੌਰ ਤੇ ਸਵੀਕਾਰ ਕਰਦਾ ਹੈ ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਹੀ ਸਰਕਾਰ ਨੂੰ ਟਰੀਟ ਕਰਨਾ ਚਾਹੀਦਾ ਹੈ ਜਾਂ ਫਿਰ ਉਹਨਾਂ ਦੇ ਰੁਤਬੇ ਦੇ ਅਨੁਸਾਰ ਜਿਹੜੀ ਹੈ ਉਹ ਉਹਨਾਂ ਨੂੰ ਇਸ ਹੂਤ ਮਿਲਣੀ ਚਾਹੀਦੀ ਹੈ ਜਿਹੜੀ ਕਿ ਉਹਨਾਂ ਲੋਕਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਨੈਤਿਕ ਪੱਧਰ ਦੇ ਉੱਪਰ ਸਮਾਜ ਦੇ ਵਿੱਚ ਜਾਂ ਸੰਸਾਰ ਦੇ ਵਿੱਚ ਕੋਈ ਰਤਬੇ ਨਹੀਂ ਹੁੰਦੇ ਸੋ ਬੇਸ਼ੱਕ ਜਿਵੇਂ ਮੈਂ ਆਰੰਭ ਦੇ ਵਿੱਚ ਕਿਹਾ ਸੀ ਕਿ ਜਿਸ ਵੇਲੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਸੀ ਉਹ ਚੁਣਿਆ ਗਿਆ ਤਾਂ ਉਹਨਾਂ ਸਮਿਆਂ ਦੇ ਵਿੱਚ ਤਾਂ ਅਕਾਲੀ ਪਾਜਪਾ ਗੱਠ ਜੋੜ ਦੇ ਉੱਪਰ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਇੱਕ ਵੱਡਾ ਦੋਸ਼ ਜਿਹੜਾ ਉਹ ਜੁੜਿਆ ਹੋਇਆ ਸੀਗਾ ਤੇ ਹੁਣ ਭਾਜਪਾ ਅਕਾਲੀ ਗੱਠ ਜੋੜ ਵੀ ਟੁੱਟ ਚੁੱਕਾ ਹੈ ਤੇ ਭਾਜਪਾ ਦੇ ਵੱਲੋਂ ਸਿੱਖਾਂ ਦੇ ਕੁਝ ਆਗੂਆਂ ਦੇ ਨਾਲ ਸਿਆਸੀ ਤੌਰ ਤੇ ਗਲਵਕੜੀ ਪਾਉਣ ਦੀਆਂ ਜਿਹੜੀਆਂ ਖਬਰਾਂ ਉਹ ਵੀ ਆ ਰਹੀਆਂ ਨੇ ਸੋ ਮੈਂ ਕੇਂਦਰ ਦੀ ਹਕੂਮਤ ਨੂੰ ਵੀ ਇਹ ਗੱਲ ਚਾਹੁੰਦਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ 1978 ਤੋਂ ਬਾਅਦ ਜਿਹੜੇ ਸਿੱਖਾਂ ਦੇ ਜਿਹੜੇ ਜ਼ਖਮ ਅਜੇ ਵੀ ਅੱਲੇ ਨੇ ਇਹਨਾਂ ਦੇ ਉੱਪਰ ਕਿਤੇ ਥੋੜੀ ਜੀ ਮਲਮ ਲੱਗ ਸਕੇ ਤੇ ਸਿੱਖਾਂ ਦੀਆਂ ਮੰਗਾਂ ਤਾਂ ਇਹੀ ਹੈ ਨਾ ਕਿ ਸਾਡੇ ਜਿਹੜੇ ਸਿਆਸੀ ਕੈਦੀ ਨੇ ਇਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਜਾਵੇ ਜਿਨ੍ਹਾਂ ਨੂੰ ਪੈਰੋਲ ਨਹੀਂ ਮਿਲ ਰਹੀ ਉਹਨਾਂ ਨੂੰ ਪੈਰੋਲ ਦੇ ਉੱਪਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਜਥੇਦਾਰ ਜਿਹੜੇ ਜਗਤਾਰ ਸਿੰਘ ਹਵਾਰਾ ਨੇ ਉਹਨਾਂ ਦਾ ਚੰਗੇ ਤਰੀਕੇ ਦਾ ਜਾਂ ਤਾਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਹਕੂਮਤ ਦੇ ਵੱਲੋਂ ਇਲਾਜ ਕਰਵਾਇਆ ਜਾਵੇ ਨਹੀਂ ਤੇ ਫਿਰ ਉਹਨਾਂ ਨੂੰ ਪਰੋਲ ਦੇ ਉੱਪਰ ਆਉਣ ਦੀ ਇਜਾਜ਼ਤ ਜ਼ਰੂਰ ਦਿੱਤੀ ਜਾਵੇ ਕਿ ਉਹ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਕਿਸੇ ਚੰਗੇ ਹਸਪਤਾਲ ਦੇ ਵਿੱਚ ਦਾਖਲ ਹੋ ਕੇ ਆਪਣਾ ਇਲਾਜ ਕਰਵਾ ਸਕਣ ਨਹੀਂ ਤੇ ਜਿਹੜੀ ਅਸੀਂ ਬਾਰ-ਬਾਰ ਗੱਲ ਕਰਦੇ ਹਾਂ ਕਿ ਹਕੂਮਤ ਦੇ ਅੰਦਰ ਇੱਕ ਤਾਨਾਸ਼ਾਹੀ ਵਰਤਾਰੇ ਦੇ ਅਧੀਨ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ ਪਰ ਘਾਣ ਇਹੀ ਹੁੰਦਾ ਹੈ ਕਿ ਜਦੋਂ ਇੱਕ ਸਜ਼ਾ ਜਾਫਤਾ ਜਿਹੜਾ ਇੱਕ ਕਹਿ ਸਕਦੇ ਹੋ ਕਿ ਕੈਦੀ ਹੈ ਔਰ ਉਹ ਕਹਿਦੀ ਹੈ ਕਿ ਜਿਸ ਨੂੰ ساری ਉਮਰ ਜੇਲ੍ਹ ਦੇ ਵਿੱਚ ਰਹਿਣ ਦੇ ਵਾਸਤੇ ਅਦਾਲਤ ਦੇ ਵੱਲੋਂ ਹੁਕਮ ਕੀਤਾ ਗਿਆ ਪਰ ਉਹਦੇ باوجود ਵੀ ਉਹਨੂੰ ਬਾਹਰ ਆ ਕੇ ਇਲਾਜ ਕਰਾਉਣ ਦੀ ਜਾਂ ਫਿਰ ਜੇਲ੍ਹ ਦੇ ਵਿੱਚ ਜੇ ਚੰਗਾ ਇਲਾਜ ਕਰਾਉਣ ਦੀ ਸਹੂਲਤ ਜਾਂ ਸੁਵਿਧਾ ਨਹੀਂ ਦਿੱਤੀ ਜਾ ਰਹੀ ਤਾਂ ਇਹੀ ਤਾਂ ਫਿਰ ਮਨੁੱਖੀ ਹੱਕਾਂ ਦਾ ਘਾਣ ਹੈ ਸੋ ਅਸੀਂ ਜਿੱਥੇ ਹਕੂਮਤ ਨੂੰ ਵੀ ਇਹ ਅਪੀਲ ਵੀ ਕਰਦੇ ਹਾਂ ਕਿਉਂਕਿ ਇਹ ਕੋਈ ਬੇਨਤੀ ਨਹੀਂ ਹੈ ਕਿਉਂਕਿ ਇਹ ਉਹਨਾਂ ਦਾ ਹੱਕ ਹੈ ਬੇਸ਼ੱਕ ਸਜ਼ਾ ਭੁਗਤ ਰਹੇ ਨੇ ਪਰ ਸੇਤ ਸਹੂਲਤਾ ਚੰਗੀਆਂ ਮਿਲਣੀਆਂ ਇੱਕ ਕੈਦੀ ਦਾ ਵੀ ਹੱਕ ਹੈ ਸੋ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਇੱਕ ਤਾਂ ਜੇਲ ਪ੍ਰਸ਼ਾਸਨ ਉਹਨਾਂ ਦਾ ਕਿਸੇ ਵੀ ਚੰਗੇ ਹਸਪਤਾਲ ਦੇ ਵਿੱਚ ਇਲਾਜ ਕਰਾਵੇ ਤੇ ਜਾਂ ਫਿਰ ਉਹਨਾਂ ਨੂੰ ਛੁੱਟੀ ਦਿੱਤੀ ਜਾਵੇ ਕੁਝ ਸਮੇਂ ਦੀ ਕਿ ਉਹ ਜਿੱਥੇ ਉਹਨਾਂ ਦਾ ਪਰਿਵਾਰ ਚੁੰਦਾ ਹੈ ਉੱਥੇ ਉਹਨਾਂ ਦਾ ਇਲਾਜ ਕਰਵਾਇਆ ਜਾ ਸਕੇ ਸੋ ਮੇਰਾ ਤਾਂ ਸਿਕ ਸੰਗਤਾਂ ਨੂੰ ਵੀ ਜਾਣਕਾਰੀ ਦੇਣ ਦਾ ਇਹੀ ਮਕਸਦ ਸੀ ਕਿ ਜੇਕਰ ਸਰਕਾਰ ਦੇ ਵੱਲੋਂ ਇਸ ਪਾਸੇ ਕੋਈ ਕਦਮ ਨਹੀਂ ਚੁੱਕਿਆ ਜਾਂਦਾ ਤਾਂ ਜਿਸ ਵੀ ਪੱਧਰ ਦੇ ਉੱਪਰ ਅਸੀਂ ਹਾਂ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦੇ ਉਸ ਵੀ ਆ ਰਿਹਾ ਹੈ ਜਿੱਥੇ ਜਿੱਥੇ ਵੀ ਅਸੀਂ ਇਸ ਮਸਲੇ ਦੀ ਆਵਾਜ਼ ਉਠਾ ਸਕਦੇ ਹਾਂ ਸੋਸ਼ਲ ਮੀਡੀਆ ਤੋਂ ਲੈ ਕੇ ਹਰ ਮੰਚ ਦੇ ਉੱਪਰ ਇਸ ਆਵਾਜ਼ ਨੂੰ ਪਹੁੰਚਾਈਏ ਕਿ ਜੇਲ੍ਹਾਂ ਦੇ ਅੰਦਰ ਵੀ ਜਿਹੜੇ ਸਿੱਖਾਂ ਦੇ ਖਾਸ ਆਗੂ ਨੇ ਜਾਂ ਸਿੱਖਾਂ ਦੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਜਿਹੜਾ ਇਸ ਤਰ੍ਹਾਂ ਦਾ ਵਰਤਾਅ ਨਾ ਕੀਤਾ ਜਾਵੇ ਇੰਨੀ ਇੱਕ ਬੇਨਤੀ ਹੈ ਪਰਵਾਰ ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ